ਜਲੰਧਰ ਵਿਖੇ ਸੁਖਪਾਲ ਚੌਂਕ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜਿਸਨੇ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਗਾਈ ਸੀ ਉਹ ਉਹਦੇ ਉੱਪਰ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਸੰਮਨ ਕੀਤਾ ਸੀ ਅਸੀਂ ਉਹਦੇ ਪ੍ਰੋਟੈਸਟ ਦੇ ਵਿੱਚ ਅੱਜ ਮੰਗ ਕਰਦੇ ਹਾਂ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਕਿ ਸਾਬਤ ਹੋ ਗਿਆ ਹੈ ਮਾਨਯੋਗ ਹਾਈ ਕੋਰਟ ਨੇ ਵੀ ਇਹ ਕਿਹਾ ਹੈ ਕਿ ਉਹਦੇ ਸਾਰੇ ਜਿਹੜੇ ਨਸ਼ੇ ਦੇ ਦੋਸ਼ ਲੱਗੇ ਹਨ ਅਸੀਂ ਉਹਨਾਂ ਦੋਸ਼ਾਂ ਨੂੰ ਦੇਖਦੇ ਹੋਏ ਇਹ ਮੰਗ ਕਰਦੇ ਹਾਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਉਹ ਆਪਣੇ ਅਸਤੀਫਾ ਦੇਵੇ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਵੇ ਔਰ ਆਮ ਆਦਮੀ ਪਾਰਟੀ ਜਿਸ ਨੇ ਕਿ ਪੰਜਾਬ ਦੇ ਨੌਜਵਾਨੀ ਨੂੰ ਪਿਛਲੇ ਸਮੇਂ ਦੇ ਵਿੱਚ ਬਹੁਤ ਬਦਨਾਮ ਕੀਤਾ ਹੈ ਝੂਠੇ ਇਲਜ਼ਾਮ ਲਗਾਏ ਹਨ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਵੀ ਆਪਣਾ ਸਟੈਂਡ ਸਪਸ਼ਟ ਕਰਨ ਔਰ ਇਹ ਦੱਸਣ ਕਿ ਉਹ ਅੱਜ ਵੀ ਨਸ਼ੇ ਦੇ ਸੌਦਾਗਰਾਂ ਦੇ ਨਾਲ ਹਨ ਜਾਂ ਪੰਜਾਬ ਦੇ ਨਾਲ ਹਨ ਕਿਉਂਕਿ ਉਹਨਾਂ ਨੇ ਜਿਸ ਵੇਲੇ ਵੀ ਕੋਈ ਗੱਲ ਹੋਈ ਹੈ ਪੰਜਾਬ ਦੇ ਨੌਜਵਾਨਾਂ ਨੂੰ 70% ਨੌਜਵਾਨਾਂ ਨੂੰ ਨਸ਼ੇੜੀ ਦੱਸਿਆ ਹੈ ਅਸੀਂ ਇਹ ਮੰਗ ਕਰਦੇ ਹਾਂ ਆਮ ਆਦਮੀ ਪਾਰਟੀ ਵੱਲੋਂ ਔਰ ਸੁਖਪਾਲ ਸਿੰਘ ਖਹਿਰਾ ਨੂੰ ਕਿ ਜੇ ਉਹਦੇ ਉੱਪਰ ਇਲਜ਼ਾਮ ਸਾਬਤ ਹੁੰਦੇ ਹਨ ਤਾਂ ਉਸ ਤੋਂ ਪਹਿਲਾਂ ਹੀ ਉਹਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੀ ਜਾਂਚ ਹੈ ਉਹ ਨਿਰਪੱਖ ਚੱਲ ਸਕੇ ਔਰ ਉਹਦੇ ਉੱਪਰ ਦੋਸ਼ ਸਾਰੇ ਸਾਬਤ ਹੁੰਦੇ ਹਨ ਇਸੇ ਚੀਜ਼ ਦੇ ਲਈ ਅਸੀਂ ਯੂਥ ਅਕਾਲੀ ਦਲ ਵੱਲੋਂ ਜ਼ੋਰ ਮੰਗ ਕਰਦੇ ਹਾਂ ਅੱਗੇ ਤੋਂ ਵੀ ਸਾਡਾ ਸੰਘਰਸ਼ ਜਿਹੜਾ ਕਿ ਅਸੀਂ ਅੱਜ ਸ਼ੁਰੂ ਕੀਤਾ ਹੈ ਜਦ ਤੱਕ ਇਹ ਅਸਤੀਫਾ ਨਹੀਂ ਦਿੰਦਾ ਜਦ ਤੱਕ ਇਹ ਸਾਡੇ ਨਾਲ ਸਹਿਮਤ ਨਹੀਂ ਹੁੰਦੇ ਅਸੀਂ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਕਾ ਖਾਲਸਾ ਹਾਂਜੀ ਭਾਈ ਦੱਸੋ ਅੱਜ ਕੁਝ ਦਿਨ ਪਹਿਲਾਂ ਮਾਨਯੋਗ ਅਦਾਲਤ ਫਾਜ਼ਿਲਕਾ ਨੇ 2-3 ਬੰਦਿਆਂ ਨੂੰ ਡਰੱਗ ਸਮਗਲਿੰਗ ਐਕਟ ਦੇ ਵਿੱਚ ਦੋਸ਼ੀ ਮੰਨ ਕੇ 20 ਸਾਲ ਦੀ ਸਜ਼ਾ ਸੁਣਾਈ ਸੀ ਉਹਦੇ ਵਿੱਚ ਸੁਖਪਾਲ ਖਹਿਰੇ ਨੂੰ ਬਤੌਰ ਸਾਥੀ ਨਹੀਂ ਬਤੌਰ ਉਹਨਾਂ ਦਾ ਸਰਗਨਾ ਆਗੂ ਮੇਨ ਆਗੂ ਮੰਨਿਆ ਸੀ ਅਤੇ ਉਹਦੇ ਵਿੱਚ ਉਹਨਾਂ ਨੂੰ ਸੰਮਨ ਭੇਜੇ ਸੀ ਉਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਹਾਈਕੋਰਟ ਅਦਾਲਤ ਦੇ ਵਿੱਚ ਜਾ ਕੇ ਦਰਵਾਜ਼ਾ ਖੜਕਾਇਆ ਸੀ ਅਤੇ ਉੱਥੇ ਅਪੀਲ ਕੀਤੀ ਸੀ ਕਿ ਮੈਂ ਨਿਰਦੋਸ਼ ਹਾਂ ਲੇਕਿਨ ਮਾਨਯੋਗ ਅਦਾਲਤ ਨੇ ਉਹਨੂੰ ਦੋਸ਼ੀ ਮੰਨਿਆ ਹੋਇਆ ਅਦਾਲਤ ਦੇ ਵਿੱਚ ਜਾਣ ਵਾਸਤੇ ਕਿਹਾ ਅਤੇ ਉਹਦਾ ਬਹੁਤ ਕੁਝ ਦਿਨਾਂ ਬਾਅਦ ਉਹਦਾ ਟ੍ਰਾਇਲ ਸ਼ੁਰੂ ਹੋਏਗਾ ਸੁਖਪਾਲ ਖਹਿਰਾ ਦਾ ਔਰ ਉਹ ਬਹੁਤ ਵੱਡਾ ਦੋਸ਼ੀ ਚਿੱਟੇ ਦਾ ਵਪਾਰੀ ਸੁਖਪਾਲ ਖਹਿਰਾ ਇਹਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕੋਈ ਪੋਲੀਟੀਕਲ ਜਾਂ ਪੁਲਿਸ ਵੱਲੋਂ ਇਹਦਾ ਨਾਮ ਨਹੀਂ ਲਿਆ ਗਿਆ ਮਾਨਯੋਗ ਅਦਾਲਤ ਨੇ ਇਹਦਾ ਨਾਮ ਲਿਆ ਹੈ ਔਰ ਮੇਰੇ ਹਿਸਾਬ ਨਾਲ ਇਹਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਕੇਜਰੀਵਾਲ ਦੀ ਹੈ ਜਿਹੜੇ ਪਿਛਲੇ ਕਈ ਦਿਨਾਂ ਤੋਂ ਚੁੱਪ ਬੈਠੇ ਹੋਏ ਹਨ ਜਿਹੜੇ ਹਰ ਗੱਲ ਦਾ ਜਵਾਬ ਦਿੰਦੇ ਸੀ ਲੇਕਿਨ ਆਪਣੇ ਸਾਥੀ ਨੂੰ ਬਚਾ ਰਹੇ ਹਨ ਔਰ ਇਹ 'ਤੇ ਕਿਤੇ ਨਾ ਕਿਤੇ ਕੇਜਰੀਵਾਲ ਦੀ ਬਹੁਤ ਵੱਡੀ ਭੂਮਿਕਾ ਸੁਖਪਾਲ ਖਹਿਰੇ ਨਾਲ ਨਜ਼ਰ ਆ ਰਹੀ ਹੈ ਔਰ ਅਸੀਂ ਅਪੀਲ ਕਰਦੇ ਹਾਂ ਕਿ ਸੁਖਪਾਲ ਖਹਿਰੇ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਔਰ ਆਪਣੀ ਬੇਗੁਨਾਹੀ ਵਾਸਤੇ ਕੋਰਟ ਜਾਣਾ ਚਾਹੀਦਾ ਹੈ ਜਿੰਨੀ ਦੇਰ ਉਹ ਬੇਗੁਨਾਹ ਨਹੀਂ ਹੁੰਦਾ ਉਹਨੂੰ ਉਸ ਅਹੁਦੇ 'ਤੇ ਨਹੀਂ ਰਹਿਣਾ ਚਾਹੀਦਾ ਔਰ ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਸੁਖਪਾਲ ਖਹਿਰਾ ਭਗਵੰਤ ਮਾਨ ਜਿੱਥੇ ਵੀ ਜਾਂਦੇ ਹਨ ਉਹਦਾ ਪੁਰਜ਼ੋਰ ਵਿਰੋਧ ਕੀਤਾ ਜਾਵੇ ਕਿਉਂਕਿ ਪੰਜਾਬ ਨੂੰ ਬਦਨਾਮ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਭੂਮਿਕਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਜੋ ਪਿਛਲੇ 10 ਸਾਲਾਂ ਵਿੱਚ ਯੂਥ ਨੂੰ ਖੇਡਾਂ ਵੱਲ ਤੋਰ ਕੇ ਨਸ਼ਿਆਂ ਤੋਂ ਪਿੱਛੇ ਧੱਕ ਕੇ ਪੰਜਾਬ ਨੂੰ ਇੱਕ ਖੁਸ਼ਹਾਲ ਪੰਜਾਬ ਬਣਾਇਆ ਸੀ ਉਹਨੂੰ ਬਦਨਾਮ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਆਮ ਆਦਮੀ ਪਾਰਟੀ ਨੇ ਰਚੀ ਹੈ ਔਰ ਇਸਦਾ ਨਤੀਜਾ ਹੈ ਸੱਚ ਸਾਹਮਣੇ ਲੋਕਾਂ ਨੇ ਆਇਆ ਕਿਉਂਕਿ ਇਹ ਵਰਡਿਕ ਅਦਾਲਤ ਵੱਲੋਂ ਮਾਨਯੋਗ ਅਦਾਲਤ ਵੱਲੋਂ ਦਿੱਤਾ ਗਿਆ ਇੰਨੇ ਸ਼ਬਦਾਂ ਵਿੱਚ ਅੱਜ ਅਸੀਂ ਯੂਥ ਅਕਾਲੀ ਦਲ ਵੱਲੋਂ ਅੱਜ
ਸੁਖਪਾਲ ਖਹਿਰੇ ਦਾ ਪੁਤਲਾ ਸਾੜਿਆ ਔਰ ਅਸੀਂ ਅਪੀਲ ਕਰਦੇ ਹਾਂ ਪੂਰੇ ਪੰਜਾਬ ਵਾਸੀਆਂ ਨੂੰ ਕਿ ਸੁਖਪਾਲ ਖਹਿਰੇ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇ ਸਾਰੇ ਯੂਥ ਅਕਾਲੀ